ਕੇਂਦਰ ਸਰਕਾਰ ਵੱਲੋਂ ਅੱਜ ਇੱਕ ਪ੍ਰਪੋਜ਼ਲ ਜਿਹੜਾ ਸੀਗਾ ਉਹ ਕਿਸਾਨਾਂ ਨੂੰ ਭੇਜਿਆ ਗਿਆ ਸੀ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਗਰੁੱਪ ਦੇ ਬਲਵੀਰ ਸਿੰਘ ਰਾਜੇਵਾਲ ਮੇਰੇ ਨਾਲ ਨੇ। ਰਾਜੇਵਾਲ ਸਾਹਿਬ, ਪਹਿਲਾਂ ਜਿਹੜਾ ਪ੍ਰਪੋਜ਼ਲ ਮਿਲਿਆ ਹੈ ਉਹ ਪ੍ਰਪੋਜ਼ਲ ਕੀ ਹੈ, ਤੁਸੀਂ ਉਹਨੂੰ ਮੰਨ ਰਹੇ ਹੋ ਜਾਂ ਕੀ ਤੁਸੀਂ ਉਸ 'ਤੇ ਰਾਏ ਰੱਖ ਰਹੇ ਹੋ? ਪ੍ਰਪੋਜ਼ਲ ਕੁਛ ਨਹੀਂ, ਐਵੇਂ ਪੁਰਾਣੇ ਰਾਗ ਹਲਾਪੇ ਹੋਏ ਨੇ, ਉਹਦੇ 'ਚ ਕੁਛ ਨਹੀਂ ਹੈ ਕਿਸਾਨਾਂ ਲਈ, ਕੁਛ ਲੱਭਣ ਵਾਲਾ ਨਹੀਂ। ਤੋਂ ਉਹ ਤਾਂ ਸਪਸ਼ਟ ਸਥਿਤੀ ਹੈ ਵੀ ਸਰਕਾਰ ਜਿੱਥੇ ਜਦੋਂ ਅਸੀਂ ਅੰਦੋਲਨ ਸ਼ੁਰੂ ਕੀਤਾ ਪਹਿਲੀ ਮੀਟਿੰਗ ਸੀ ਜਿੱਥੇ, ਉੱਥੇ ਹੀ ਅੱਜ ਖੜੀ ਹੈ। ਇਸ ਕਰਕੇ ਅਸੀਂ ਰੱਦ ਕਰਤਾ। ਹੁਣ ਅਗਲੀ ਰਣਨੀਤੀ ਕੀ ਹੈ? ਅਗਲੀ ਰਣਨੀਤੀ ਦੇਖੋ, ਅਸੀਂ ਨਹੀਂ ਜਾ ਰਹੇ ਕੱਲ੍ਹ ਨੂੰ ਗੱਲਬਾਤ ਰਹੀ, ਅਸੀਂ ਅੰਦੋਲਨ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕ ਲਿਆ। ਕੱਲ੍ਹ ਤੁਸੀਂ ਅਮਿਤ ਸ਼ਾਹ ਹੋਰਾਂ ਨਾਲ ਮੀਟਿੰਗ ਵੀ ਸੀਗੀ, ਮੀਟਿੰਗ 'ਚ ਜਾਣ ਦੇ ਲਈ ਵੀ ਕਾਫੀ ਜਿਹੜਾ ਹੈਗਾ ਘੁਮਾ ਫਰਾ ਦੀ ਰਣਨੀਤੀ ਬਣਾਈ ਗਈ, ਉਸ ਮੀਟਿੰਗ 'ਚ ਕੀ ਕੁਛ ਹੋਇਆ ਅਤੇ ਅੱਜ ਜਿਹੜੀ ਪ੍ਰਪੋਜ਼ਲ ਆਈ ਹੈ ਕਿ ਉਸੇ ਦੇ ਅਕੋਰਡਿੰਗ ਇਹ ਦੱਸ ਦਿਓ ਕਿਹੜੇ ਕਿਹੜੇ ਨੁਕਤੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਰਾਜੀ ਹਾਂ ਅਸੀਂ ਉਸ ਗੱਲ ਦੀ? ਨਹੀਂ, ਇਸ ਤਰ੍ਹਾਂ ਨਹੀਂ ਉਹਨੇ ਕੁਛ ਕਿਹਾ। ਕੱਲ੍ਹ ਸਾਨੂੰ ਲੈ ਕੇ ਗਏ, ਜਦੋਂ ਸਾਨੂੰ ਇਹ ਮਹਿਸੂਸ ਹੋਇਆ ਵੀ ਸਾਨੂੰ ਮੀਡੀਆ ਤੋਂ ਲੁਕੋ ਕੇ ਲੈ ਕੇ ਜਾ ਰਹੇ ਨੇ, ਸ਼ੱਕ ਸਾਨੂੰ ਉਹਦੇ ਹੋ ਗਿਆ ਸੀ ਜਦੋਂ ਇੱਥੋਂ ਸਾਨੂੰ ਦਿੱਲੀ ਲੈ ਕੇ ਗਏ। ਜਦੋਂ ਅਸੀਂ ਦਿੱਲੀ ਦੇ ਵਿੱਚ ਐਂਟਰ ਕੀਤੇ ਉਦੋਂ ਉਹਨਾਂ ਦਾ ਬਿਹੇਵੀਅਰ ਦੇਖ ਕੇ ਸਾਨੂੰ ਸ਼ੱਕ ਹੋ ਗਿਆ ਸੀ, ਗੱਡੀਆਂ ਸਾਡੀਆਂ ਉਹਨਾਂ ਨੇ ਅੱਡੋ ਅੱਡ ਕਰ ਲਈਆਂ ਸੀ। ਅਤੇ ਇਸੇ ਤਰ੍ਹਾਂ ਜਦੋਂ ਅਸੀਂ ਆਏ ਉਦੋਂ ਫਿਰ ਸਾਨੂੰ ਜਿੱਥੇ ਮੀਡੀਆ ਖੜ੍ਹਾ ਸੀ ਉੱਥੋਂ ਦੂਸਰੇ ਗੇਟ 'ਤੇ ਲੰਘਾਇਆ। ਸਰਕਾਰ ਦੇ ਜਿਹੜੀ ਮਨਸ਼ਾ ਹੈ ਉਹ ਤੋਂ ਤੁਹਾਨੂੰ ਕੀ ਲੱਗ ਰਿਹਾ? ਤੁਸੀਂ ਗੱਲਬਾਤ 'ਚ ਵੀ ਲਗਾਤਾਰ ਜਾ ਰਹੇ, ਜਿਹੜੀ ਕੱਲ੍ਹ ਗੱਲਬਾਤ ਹੋਈ ਤੁਸੀਂ 13 ਮੈਂਬਰੀ ਕਮੇਟੀ 'ਚ ਵੀ ਸ਼ਾਮਿਲ ਸੀ, ਮਨਸ਼ਾ ਤੋਂ ਕੀ ਲੱਗ ਰਿਹਾ? ਸਰਕਾਰ ਦੀ ਮਨਸ਼ਾ ਫਿਲਹਾਲ ਕਲੀਅਰ ਨਹੀਂ। ਇਹ ਅੰਦੋਲਨ ਉਸੇ ਤਰੀਕੇ ਨਾਲ ਜਾਰੀ ਹੈ ਜਿਸ ਤਰੀਕੇ ਨਾਲ ਪਹਿਲਾਂ ਗੱਲਬਾਤ ਦਾ ਰਸਤਾ ਹੁਣ ਜਿਹੜਾ ਹੈਗਾ, ਤੁਸੀਂ ਅੱਗੇ ਜਾਓਗੇ ਜਾਂ ਗੱਲਬਾਤ ਰਸਤਾ ਫਿਲਹਾਲ ਬੰਦ ਕਰਤਾ? ਨਹੀਂ, ਜੇ ਕੁਛ ਸਰਕਾਰ ਕਰਨਾ ਚਾਹੂਗੀ, ਸਾਨੂੰ ਯਕੀਨ ਦਵਾਊਗੀ, ਉਹ ਮੀਟਿੰਗ ਬੁਲਾ ਕੇ ਉਹਦੇ 'ਚ ਕੁਛ ਕਰਨਾ ਚਾਹੁੰਦੀ ਹੈ ਫਿਰ ਅਸੀਂ ਜਾਵਾਂਗੇ। ਐਵੇਂ ਅਨਨੈਸੈਸਰੀ ਗੇੜੇ ਕੱਢਣ ਵਾਸਤੇ ਹੁਣ ਅਸੀਂ ਨਹੀਂ ਜਾਵਾਂਗੇ। ਸਰ, ਮੈਂ ਲਾਸਟ ਜਾਣਨਾ ਪਾਊਂਗਾ ਤੁਹਾਡੇ ਕੋਲ, ਜਿਹੜਾ ਸਰਕਾਰ ਰਾਜੀ ਹੋਈ, ਜਿਹੜੇ ਤੁਹਾਨੂੰ ਪ੍ਰਪੋਜ਼ਲ ਭੇਜੇ, ਜੇ ਸ਼ਾਰਟ ਦੇ ਵਿੱਚ ਸਾਨੂੰ ਪ੍ਰਪੋਜ਼ਲ ਬਾਰੇ ਥੋੜ੍ਹਾ ਦੱਸ ਦਿਓ। ਨਹੀਂ ਕੁਛ ਨਹੀਂ, ਉਹ ਸਿਰਫ ਕੁਛ ਅਮੈਂਡਮੈਂਟਸ ਦੀ ਸੁਜੈਸ਼ਨ ਦਿੱਤੀ ਹੈ, ਅਮੈਂਡਮੈਂਟਸ ਅਸੀਂ ਮੰਨਦੇ ਨਹੀਂ। ਹੁਣ ਸਾਡੀ ਡਿਮਾਂਡ ਇਹ ਆ ਵੀ ਇਹਨਾਂ ਨੂੰ ਰਿਪੀਲ ਕਰੋ, ਇਹ ਐਕਟ ਜਿਹੜੇ ਨੇ ਸਾਰੇ ਇਹ ਅਨਕੰਸਟੀਟਿਊਸ਼ਨਲ ਨੇ, ਇਹ ਐਂਟੀ ਐਗਰੀਕਲਚਰ ਨੇ, ਐਂਟੀ ਇੰਡੀਆ ਨੇ, ਸਾਰੇ ਦੇਸ਼ ਦੇ ਵਿਰੁੱਧ ਨੇ, ਕਿਉਂਕਿ ਸਾਡੀ ਬੇਸਿਕਲੀ ਜਿਹੜੀ ਇਕੋਨੋਮੀ ਆ ਉਹ ਐਗਰੋ ਬੇਸਡ ਇਕੋਨੋਮੀ ਹੈ। ਜਿਹੜੀ ਬੀਕੇਯੂ ਗ੍ਰਾਹਕ ਗਰੁੱਪ ਨੂੰ ਨਹੀਂ ਬੁਲਾਇਆ ਗਿਆ ਸੀਗਾ, ਹਾਲਾਂਕਿ ਉਹਨਾਂ ਨੇ ਕਿਹਾ ਕਿ ਸਾਰੇ ਕਿਸਾਨ ਯੂਨੀਅਨ ਨੂੰ ਨਹੀਂ ਜਾਣਾ ਚਾਹੀਦਾ ਸੀਗਾ, ਇਸ ਚੀਜ਼ ਦੇ ਉੱਤੇ ਤੁਹਾਡੀ ਕੀ ਰਾਏ ਹੈ? ਦੇਖੋ, ਉਹਨਾਂ ਦਾ ਇੱਕ ਸ਼ੁਰੂ ਤੋਂ ਸਾਡੇ ਨਾਲ ਇੱਕ ਮਤ ਰਿਹਾ ਵੀ ਅਸੀਂ ਖੜਾਂਗੇ ਤੁਹਾਡੇ ਨਾਲ, ਪਰ ਅਸੀਂ ਰਹਾਂਗੇ ਅਲੱਗ। ਔਰ ਉਹਨਾਂ ਨੂੰ ਜਦੋਂ ਵੀ ਸੱਦਾ ਆਉਂਦਾ ਸਾਡੇ ਨਾਲ ਨਹੀਂ ਆਉਂਦਾ, ਉਹਨਾਂ ਨੂੰ ਅਲੱਗ ਆਉਂਦਾ। ਅਤੇ ਕੱਲ੍ਹ ਸਾਨੂੰ ਨਹੀਂ ਸੀ ਪਤਾ, ਕਿਉਂਕਿ ਉਹ ਦੂਜੇ ਨਾਕੇ 'ਤੇ ਬੈਠੇ ਆ, ਸਾਨੂੰ ਨਹੀਂ ਸੀ ਪਤਾ ਵੀ ਉੱਥੇ ਆਉਣਗੇ ਨਹੀਂ। ਅੱਗੇ ਜਾ ਕੇ ਅਸੀਂ ਜਦੋਂ ਗੱਲਬਾਤ ਹੁੰਦੀ ਹੈ ਉੱਥੇ ਹੀ ਅਸੀਂ ਇਕੱਠੇ ਹੁੰਦੇ ਹਾਂ। ਕੱਲ੍ਹ ਉਹ ਉੱਥੇ ਨਹੀਂ ਆਏ, ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਨਹੀਂ ਆਏ, ਕੋਈ ਗੜਬੜ ਹੈ। ਤੋ ਉਹ ਉਹਨਾਂ ਨੂੰ ਜੇ ਕੋਈ ਗਲਤ ਫਹਿਮੀ ਹੁਣ ਨਿਕਲ ਜਾਏਗੀ, ਅੱਜ ਮੀਟਿੰਗ ਸੀਗੇ ਪਰ ਇਹ ਸਾਡੇ ਪਾਠ 'ਤੇ ਕੁਛ ਨਹੀਂ ਸੀ ਹੋਇਆ, ਯਾਨੀ ਕਿ ਸਭ ਕੁਛ ਠੀਕ ਹੈ, ਸਭ ਕੁਛ ਠੀਕ ਆ, ਕੋਈ ਪ੍ਰੋਬਲਮ ਨਹੀਂ ਕੋਈ। ਦੇਖੋ, ਮੀਡੀਆ 'ਚ ਤਾਂ ਇੱਦਾਂ ਦੀ ਵੀ ਖਬਰ ਚੱਲੀ ਵੀ ਪਤਾ ਨਹੀਂ ਜੀ ਇਹ 13 ਜਥੇਬੰਦੀਆਂ ਗਈਆਂ, 13 ਜਥੇਬੰਦੀਆਂ ਨਹੀਂ ਗਈਆਂ, 40 ਨੇ ਫੈਸਲਾ ਕੀਤਾ ਵੀ ਆਏ ਆਏ ਬੰਦੇ ਜਾਣਗੇ, ਆ ਨੈਸ਼ਨਲ ਲੈਵਲ ਦੇ ਕਮੇਟੀ ਵੱਲੋਂ ਜਾਣਗੇ, ਆ ਸਟੇਟ ਲੈਵਲ ਦੀ ਕਮੇਟੀ ਵੱਲੋਂ ਜਾਣਗੇ, 13 ਬੰਦੇ ਤੈਅ ਕਰਕੇ ਗਏ, ਉਹ ਸਾਡੀ ਸਾਰੀਆਂ ਜਥੇਬੰਦੀਆਂ ਵੱਲੋਂ ਗਏ। ਉਹ ਇਸ ਤਰ੍ਹਾਂ ਦਾ ਕੋਈ ਮਤਭੇਦ ਨਹੀਂ, ਕੁਛ ਨਹੀਂ।